ਸਾਡੇ ਨਾਲ ਮੌਜੂਦ ਨੇ। ਫਿਲਮ ਸੁੱਚਾ ਸੂਰਮਾ ਦੇ ਵਿੱਚ ਇਹਨਾਂ ਦਾ ਨਾਮ ਜੁਗਤੀ ਆ, ਅਤੇ ਕਿੰਨੀਆਂ ਜੁਗਤਾਂ ਲੱਗੀਆਂ ਸੈੱਟ 'ਤੇ, ਕਿਹੋ ਜਿਹਾ ਰਿਹਾ ਇਹ ਸਫ਼ਰ, ਸਾਰੀਆਂ ਗੱਲਾਂ ਬਾਤਾਂ ਕਰਦੇ। ਦਿਨੋਂ ਦਿਨ ਸਮਾਰਟਨੈਸ ਵੱਧਦੀ ਜਾ ਰਹੀ, ਕੀ ਰਾਜ ਆ? ਬਸ ਜੀ, ਖਾਣ ਪੀਣ ਦਾ ਧਿਆਨ ਰੱਖੀਦਾ, ਹੁਣ ਵੀ ਭੁੱਖੇ ਢਿੱਡ ਕਰਨ ਲੱਗਿਆ ਇੰਟਰਵਿਊ। ਅੱਛਾ, ਜਿਹੜਾ ਕੰਮ ਅੱਜ ਕੱਲ੍ਹ ਵਟਸਐਪ ਫੇਸਬੁੱਕ ਕਰਦਾ, ਉਹ ਕੰਮ ਤੁਸੀਂ ਕੀਤਾ? ਸਭ ਤੋਂ ਮੈਂ ਤਾਂ ਕਰਵਾਇਆ ਗਿਆ। ਇਹ ਫਿਲਮ ਦੋ ਹਿੱਸਿਆਂ 'ਚ ਹੋਈ ਆ, ਗਰਮੀ ਅਤੇ ਸਰਦੀ ਦੇ ਵਿੱਚ। ਫਿਲਮ ਦੇ ਵਿੱਚ ਕਹਿੰਦੇ ਬਹੁਤ ਸਾਰੇ ਕਿੱਸੇ ਨੇ ਜਿਹੜੇ ਗੁਰਪ੍ਰੀਤ ਭਾਗੋ ਨੇ ਦਰਸ਼ਕਾਂ ਨੂੰ ਥੋੜਾ ਜਿਹਾ ਹਸਾਉਣ ਵਾਲਾ, ਤੇ ਉਹਨਾਂ ਨੂੰ ਇੱਕ ਵਾਰੀ ਹਲਕਾ ਜਿਹਾ ਕਰਨ ਵਾਲਾ ਕਿਰਦਾਰ, ਲਤੀਫੇ ਛੱਡਣ ਵਾਲਾ। ਮੈਂ ਅਮਤੋਜ ਸਰ ਦੇ ਰੂਮ 'ਚ ਜਾ ਕੇ ਉਹਨਾਂ ਦਾ ਚਿਕਨ ਖਾ ਆਇਆ ਸੀ ਇੱਕ ਵਾਰੀ। ਇੱਕ ਵਾਰੀ ਫਿਰ ਪਹੁੰਚ ਗਏ ਸੀ 1915 'ਚ? ਮੈਂ ਸੱਚੀ ਪਹੁੰਚ ਗਿਆ ਸੀਗਾ। ਉਹਦਾ ਕਾਰਨ ਇਹ ਆ, ਕਿਉਂਕਿ ਮੈਂ ਆਪਦਾ ਜਿਹੜਾ ਫੋਨ ਮੋਬਾਈਲ ਆ ਉਹ ਸੈੱਟ 'ਤੇ ਨਹੀਂ ਸੀ ਲੈ ਕੇ ਜਾਂਦਾ। ਕੀ ਲੱਗਦਾ ਕਿ ਇਸ ਫਿਲਮ ਤੋਂ ਬਾਅਦ ਕੀ ਚੇਂਜਿਸ ਆ ਸਕਦੇ ਨੇ? ਬਹੁਤ ਵੱਡਾ ਚੇਂਜ ਆਊਗਾ ਜੀ। ਮੈਂ ਤਾਂ ਇਹ ਗੱਲ ਕਹਿੰਦਾ ਕਿ ਮੇਰੀ ਐਕਟਿੰਗ ਦੀ ਦੁਕਾਨ ਜੀ ਖੁੱਲ੍ਹ ਜਾਣੀ ਹੈ। ਅੱਛਾ, ਹਾਂਜੀ, ਉਹ ਸ਼ਟਰ ਆ ਜਿਹੜਾ ਹੁਣ ਉਹ ਅੱਧਾ ਕੁ ਚੱਕਿਆ ਗਿਆ, ਅਤੇ ਅੱਧਾ ਕੁ ਜਿਹੜਾ ਹੋਰ ਚੱਕਿਆ ਜਾਣਾ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀ ਵੀ ਤੁਸੀਂ ਦੇਖ ਰਹੇ ਹੋ, ਮੈਂ ਪਰਮ ਸਿੰਘ। ਅੱਜ ਬੱਬੂ ਮਾਨ ਹੋਰਾਂ ਦੀ ਫਿਲਮ ਸੁੱਚਾ ਸੂਰਮਾ ਦੇ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਜਿਨ੍ਹਾਂ ਨੇ, ਔਰ ਅਕਸਰ ਅਸੀਂ ਉਹਨਾਂ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਵੱਖ ਵੱਖ ਕਿਰਦਾਰਾਂ ਦੇ ਰੂਪ ਦੇ ਵਿੱਚ ਦੇਖਦੇ ਹਾਂ, ਅਤੇ ਉਹ ਆਪਣਾ ਜਾਦੂ ਜਿਹੜਾ ਅਦਾਕਾਰੀ ਦੇ ਰਾਹੀਂ ਬਖੇਰਦੇ ਹੋਏ ਸਾਰੀਆਂ ਫਿਲਮਾਂ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਨੇ। ਤੁਹਾਡੇ ਸਭ ਦੇ ਚਹੇਤੇ, ਤੁਸੀਂ ਜਿਨ੍ਹਾਂ ਨੂੰ ਬਹੁਤ ਪਿਆਰ ਕਰਦੇ ਹੋ, ਗੁਰਪ੍ਰੀਤ ਤੋਤੀ ਬਾਈ ਸਾਡੇ ਨਾਲ ਮੌਜੂਦ ਨੇ। ਫਿਲਮ ਸੁੱਚਾ ਸੂਰਮਾ ਦੇ ਵਿੱਚ ਇਹਨਾਂ ਦਾ ਨਾਮ ਜੁਗਤੀ ਆ, ਅਤੇ ਕਿੰਨੀਆਂ ਜੁਗਤਾਂ ਲੱਗੀਆਂ ਸੈੱਟ 'ਤੇ, ਕਿਹੋ ਜਿਹਾ ਰਿਹਾ ਇਹ ਸਫ਼ਰ, ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਪਹਿਲਾਂ ਕਰਦੇ ਹਾਂ ਭਾਈ ਦਾ ਸਵਾਗਤ, ਉਸ ਤੋਂ ਬਾਅਦ ਕਰਾਂ ਗੱਲਾਂ ਬਾਤਾਂ। ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਵੀਰੇ, ਬਹੁਤ ਵਧੀਆ ਜੀ। ਚੜ੍ਹਦੀ ਕਲਾ? ਚੜ੍ਹਦੀ ਕਲਾ ਜੀ। ਉਹਦੀ ਭਾਅ ਜੀ, ਦਿਨੋਂ ਦਿਨ ਮਤਲਬ ਪਹਿਲਾਂ ਵੀ ਗੱਲਬਾਤ ਹੋਈ ਆ, ਮਿਲੇ ਹਾਂ, ਦਿਨੋਂ ਦਿਨ ਸਮਾਰਟਨੈਸ ਵੱਧਦੀ ਜਾ ਰਹੀ, ਕੀ ਰਾਜ ਆ? ਬਸ ਜੀ, ਖਾਣ ਪੀਣ ਦਾ ਧਿਆਨ ਰੱਖੀਦਾ, ਹੁਣ ਵੀ ਭੁੱਖੇ ਢਿੱਡ ਕਰਨ ਲੱਗਿਆ ਇੰਟਰਵਿਊ। ਇਹ ਮਤਲਬ ਜਿਹੜਾ ਡਾਈਟਿੰਗ ਵਾਲਾ ਸਿਸਟਮ ਹੈ ਚੱਲ ਰਿਹਾ ਹੈ? ਚਲਾਇਆ ਤਾਂ ਡਾਈਟਿੰਗ ਕਰਕੇ ਸੀਗਾ, ਪਰ ਕਈ ਵਾਰੀ ਹਾਲਾਤ ਹੀ ਬਣ ਜਾਂਦੇ ਆ ਕਿ ਟਾਈਮ ਨਹੀਂ ਲੱਗਦਾ ਹੈਗਾ ਖਾਣ ਪੀਣ ਦਾ। ਬਾਈ ਜੀ, ਫਿਲਮ ਸੁੱਚਾ ਸੂਰਮਾ ਜਿਹਦਾ ਸਭ ਨੂੰ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ, ਜੀ ਜੀ, ਇਸ ਫਿਲਮ ਦੇ ਵਿੱਚ ਤੁਸੀਂ ਅਦਾਕਾਰੀ ਕੀਤੀ ਹੈ, ਕਿਹੋ ਜਿਹਾ ਮਹਿਸੂਸ ਹੋਇਆ? ਪਹਿਲਾਂ ਤਾਂ ਕਹਿ ਲਓ ਕਿ ਇਹ ਫਿਲਮ ਸਾਰੀਆਂ ਫਿਲਮਾਂ ਨਾਲੋਂ ਵੱਖਰੀ ਹੈ ਜੀ, ਬਿਲਕੁਲ। ਸੈੱਟ 'ਤੇ ਕਿਹੋ ਜਿਹਾ ਮਾਹੌਲ ਰਿਹਾ, ਆਪਾਂ ਵਾਰੀ ਵਾਰੀ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਇਹ ਦੱਸੋ ਵੀ ਜੁਗਤੀ ਫਿਲਮ 'ਚ ਕਿੱਦਾਂ ਦਾ? ਜੁਗਤੀ, ਤੁਸੀਂ ਆਪਣਾ ਨਾਮ ਤੋਂ ਹੀ ਅੰਦਾਜ਼ਾ ਲਾ ਲਿਆ ਹੋਣਾ ਵੀ ਜੁਗਤੀ ਹੈ ਜਿਹੜਾ, ਆਲਮੋਸਟ, ਹਾਂਜੀ, ਜੁਗਤਾਂ ਵਾਲਾ ਹੀ ਕੰਮ ਹੋ ਸਕਦਾ। ਇਹ ਕਿਰਦਾਰ ਜਿਹੜਾ ਹੈਗਾ ਇਹ, ਕਿਉਂਕਿ ਇਤਿਹਾਸਿਕ ਫਿਲਮ ਹੈ ਸੁੱਚਾ ਸੂਰਮਾ, ਇੱਕ ਪੁਰਾਣੇ ਸਮੇਂ ਦੀ 1915 ਦੇ ਵਿੱਚ ਜਿਹੜੇ ਇਤਿਹਾਸ 'ਚ ਸੁੱਚਾ ਔਰ ਨਰਾਇਣਾ, ਇਹ ਸਾਰੇ ਜਿਹੜੇ ਘੁੱਕਰ, ਇਹ ਸਾਰੇ ਕਿਰਦਾਰ ਸੀਗੇ ਜਿਹੜੇ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਸੀਗੇ। ਤਾਂ ਇਹੋ ਜਿਹੇ ਜੇਕਰ ਮਾਹੌਲ ਜਿਹੜਾ ਪਿੰਡ ਦਾ ਹੁੰਦਾ, ਤਾਂ ਪਿੰਡ ਦੇ ਵਿੱਚ ਮੇਰੇ ਵਰਗਿਆਂ ਦਾ ਵੀ ਹੋਣਾ ਬਹੁਤ ਜ਼ਰੂਰੀ ਹੁੰਦਾ, ਰੌਣਕ ਲੱਗੀ ਰਹਿੰਦੀ ਪਿੰਡ ਦੇ ਵਿੱਚ। ਤਾਂ ਇਹ ਹੈ ਤਾਂ ਫੀਲੇ ਨੇ, ਫੀਲਿਆਂ ਤੋਂ ਭਾਵ ਵੀ ਕਿ ਪਿੰਡ ਦੇ ਵਿੱਚ ਵੈਸੇ ਹੀ ਵਿਹਲੜ ਆ ਇਹ, ਇਹਨਾਂ ਨੂੰ ਕੋਈ ਕੰਮ ਨਹੀਂ ਗਾ, ਸੱਥਾਂ ਦੇ ਵਿੱਚ ਬੈਠਣਾ, ਗਲੀਆਂ ਦੇ ਵਿੱਚ ਤੁਰਿਆ ਫਿਰਨਾ, ਇਸ ਘਰ ਦੀ ਸੁਣ ਲਈ, ਉੱਧਰ ਕਰਤੀ, ਉੱਧਰੋਂ ਸੁਣ ਲਈ, ਉੱਧਰ ਕਰਤੀ, ਇਹੀ ਇਹਨਾਂ ਦਾ ਕੰਮ ਆ। ਅਤੇ ਜਿਹੜਾ ਮੈਂ ਥੋੜ੍ਹਾ ਜਿਹਾ ਲੀਡਿੰਗ ਮੈਂ ਆਪਦੇ ਟੋਲੇ ਨੂੰ ਕਰਦਾ ਜੁਗਤੀ, ਕਿ ਮਤਲਬ ਵੀ
ਇਹਨੂੰ ਜ਼ਿਆਦਾ ਹੀ ਅਚਵੀ ਲੱਗੀ ਰਹਿੰਦੀ ਹੈ ਕਿ ਪਿੰਡ ਦੇ ਵਿੱਚ ਆਹ ਕੁਛ ਚੱਲ ਰਿਹਾ, ਪਿੰਡ 'ਚ ਆਹ ਚੱਲ ਰਿਹਾ, ਸੁੱਚੇ ਦੇ ਘਰ 'ਚ ਆਹ ਚੱਲ ਰਿਹਾ, ਨਰਾਇਣੇ ਦੇ ਘਰ 'ਚ ਇਹ ਚੱਲ ਰਿਹਾ, ਬਲਵੀਰੋ ਦਾ ਆਹ ਚੱਲ ਰਿਹਾ, ਘੁੱਖਣ ਦਾ ਆਹ ਚੱਲ ਰਿਹਾ। ਤਾਂ ਇਹ ਜਿਹੜਾ ਕਿਰਦਾਰ ਆ ਇਹ ਬੇਸਿਕਲੀ ਚੁਗਲਖੋਰ ਕਿਰਦਾਰ ਟਾਈਪ ਕਹਿ ਸਕਦੇ ਹਾਂ। ਅਤੇ ਬਸ ਇਹ ਇੱਕ ਪਿੰਡ ਦਾ ਉਹ ਜੀ ਕੈਮਰਾ ਆਇਆ CCTV ਉਹਨਾਂ ਟਾਈਮਾਂ ਦਾ, ਇੱਕ ਥਾਂ ਤੋਂ ਦੂਜੇ ਥਾਂ 'ਤੇ ਗੱਲ ਪਹੁੰਚਾਉਣ ਵਾਲਾ, ਤਾਂ ਇਹੀ ਮਤਲਬ ਜੁਗਤੀ ਦਾ ਕਿਰਦਾਰ। ਅੱਛਾ, ਜਿਹੜਾ ਕੰਮ ਅੱਜ ਕੱਲ੍ਹ ਵਟਸਐਪ ਫੇਸਬੁੱਕ ਕਰਦਾ ਉਹ ਕੰਮ ਤੁਸੀਂ ਕੀਤਾ? ਸਭ ਤੋਂ ਮੈਂ ਤਾਂ ਕਰਵਾਇਆ ਗਿਆ। ਅੱਛਾ ਬਾਈ, ਸਭ ਤੋਂ ਯਾਦਗਾਰ, ਵੇਖੋ ਇਹ ਵੈਸੇ ਤਾਂ ਫਿਲਮ ਹੀ ਯਾਦਗਾਰ ਹੈ ਤੁਹਾਡੇ ਵਾਸਤੇ, ਪਰ ਕੋਈ ਐਸਾ ਪਲ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰਹੂਗਾ ਵੀ ਸੁੱਚਾ ਸੂਰਮਾ ਦੀ ਸ਼ੂਟਿੰਗ 'ਤੇ ਗਿਆ ਸੀ, ਆਹ ਸਮਾਂ ਮੇਰੇ ਲਈ ਬਹੁਤ ਜ਼ਿੰਦਗੀ ਦੇ ਵਿੱਚ ਕਦੀ ਦੁਬਾਰਾ ਨਹੀਂ ਆਉਣਾ? ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤਾਂ ਮਾਹੌਲ ਜੀ ਉੱਥੋਂ ਦਾ, ਕਿਉਂਕਿ ਸਾਡੇ ਡਾਇਰੈਕਟਰ ਅੰਤੋਜ ਮਾਨ ਜੀ ਜੀ ਉਹ ਉਹਨਾਂ ਨਾਲ ਮੇਰੀ ਇਹ ਦੂਜੀ ਫਿਲਮ ਆ ਜੀ। ਉਸ ਤੋਂ ਪਹਿਲਾਂ ਸੇਮ ਪ੍ਰੋਡਕਸ਼ਨ ਹਾਊਸ ਸਾਗਾ ਸਟੂਡੀਓ ਦੀ ਫਿਲਮ ਅਸੀਂ ਕੀਤੀ ਸੀਗੀ, ਉਹ 2016 'ਚ ਹੋਈ ਸੀ ਜੀ, ਮੋਟਰ ਮਿੱਤਰਾਂ ਦੀ ਜੀ। ਮੋਟਰ ਮਿੱਤਰਾਂ ਦੀ ਜਦੋਂ ਮਤਲਬ ਮੈਂ ਫਿਲਮ ਕੀਤੀ ਤਾਂ ਮੈਨੂੰ ਪਹਿਲਾਂ ਇਹ ਸੁਣਨ 'ਚ ਮਿਲਦਾ ਹੁੰਦਾ ਸੀਗਾ ਕਿ ਅੰਤੋਜ ਮਾਨ ਨਾ ਬੜਾ ਖੜੂਸ ਜਿਹਾ ਡਾਇਰੈਕਟਰ ਆ। ਅੱਛਾ, ਸੱਚਾਈ ਹੈ, ਲੋਕਾਂ ਤੋਂ ਸੁਣਿਆ ਸੀਗਾ ਕਿ ਮਤਲਬ ਵੀ ਉਹ ਯਾਰ ਬੜਾ ਗੁੱਸੇਖੋਰ ਬੰਦਾ। ਮੈਂ ਪਹਿਲਾਂ ਹੀ ਡਰ ਗਿਆ ਸੀਗਾ ਉਹਨਾਂ ਦੀ, ਕਿਉਂਕਿ ਆਪਾਂ ਹੋ ਜਾਂਦੇ ਨਾ ਕਿਸੇ ਦੇ ਦੱਸਣ ਦੇ ਦੱਸਣ 'ਤੇ ਹੋ ਜਾਂਦੇ। ਅਤੇ ਜਦੋਂ ਮੈਂ 2016 'ਚ ਉਹਨਾਂ ਨੂੰ ਮਿਲਿਆ, ਮੈਂ ਫਿਲਮ ਕੀਤੀ ਉਹਨਾਂ ਨਾਲ, ਤਾਂ ਮੈਨੂੰ ਲੱਗਿਆ ਹੀ ਨਹੀਂ ਉਹਨਾਂ 'ਚ ਇਹੋ ਜਿਹੀ ਕੋਈ ਗੱਲ। ਮੈਨੂੰ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਮੈਨੂੰ ਉਹਨਾਂ ਨੇ ਬੁਲਾ ਕੇ ਬਕਾਇਦਾ ਕਿਹਾ ਕਿ ਮੈਨੂੰ ਤੇਰਾ ਕੰਮ ਬਹੁਤ ਸੋਹਣਾ ਲੱਗਿਆ ਅਤੇ ਲੱਗਿਆ ਰਹਿ, ਵਧੀਆ ਤੂੰ ਅੱਗੇ ਜਾਏਗਾ। ਤਾਂ ਜਦੋਂ ਮੈਨੂੰ ਉਹਨਾਂ ਨੇ ਇੰਨੀ ਗੱਲ ਕਹੀ, ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਤੁਹਾਨੂੰ ਗਲੇ ਲਾਉਣ ਨੂੰ ਜੀ ਕਰਦਾ, ਅਤੇ ਉਹ ਆ ਜਾ ਪੁੱਤਰਾ ਆ ਜਾ ਆ ਜਾ, ਕਿ ਮੈਨੂੰ ਲੱਗੇ ਨਹੀਂ ਉਹ ਜਿਹੜੀ ਮੈਨੂੰ ਦੱਸਣ 'ਤੇ ਕਹੀ ਗਈ ਸੀ। ਕਈ ਵਾਰੀ ਹੁੰਦਾ ਨਾ ਕਿਸੇ ਦੱਸਣ ਨਾਲ ਅਸੀਂ ਕਿਰਦਾਰ ਨੂੰ ਆਪਣੇ ਮਾਇੰਡ 'ਚ ਬਣਾ ਲੈਂਦੇ ਹਾਂ। ਫਿਰ ਉਹਨਾਂ ਨੇ ਉਸ ਤੋਂ ਬਾਅਦ ਮਤਲਬ ਮੈਂ ਕੰਟੀਨਿਊ ਉਹਨਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ, ਉਹਨਾਂ ਨਾਲ ਮੈਂ ਸੈਟਿੰਗ ਵੀ ਕਰਦਾ ਹੁੰਦਾ ਸੀਗਾ। ਕਈ ਵਾਰੀ ਤਾਂ ਇਹ ਹੋ ਜਾਂਦਾ ਸੀ ਵੀ 2-2, 3-3 ਘੰਟੇ ਉਹਨਾਂ ਕੋਲ ਬੈਠੇ ਰਹਿੰਦਾ ਸੀਗਾ, ਕਿਉਂਕਿ ਉਹ ਆਪਣੇ ਆਪ ਦੀ ਕੰਪਲੀਟ ਇੱਕ ਲਾਇਬ੍ਰੇਰੀ ਹੈ, ਅਤੇ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਰਹਿੰਦਾ ਅਤੇ ਗੱਲਾਂ ਬਾਤਾਂ ਕਰਦੇ ਰਹਿੰਦੇ। ਤਾਂ ਫਿਰ ਉਸ ਤੋਂ ਬਾਅਦ ਇੱਕ ਫਿਲਮ ਹੋਰ ਕਰਨੀ ਸੀ, ਇਸ ਤੋਂ ਪਹਿਲਾਂ ਇੱਕ ਫਿਲਮ ਹੋਰ ਸੀਗੀ, ਉਹ ਮਿਰਜ਼ੇ ਦੀ ਸਟੋਰੀ 'ਤੇ ਸੀਗੀ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਕਿਰਦਾਰ ਆ ਅਤੇ ਉਹਦੇ ਲਈ ਮਤਲਬ ਵੀ ਤੂੰ ਕਰਨਾ ਉਹ, ਤਾਂ ਉਹਦੇ ਲਈ ਥੋੜ੍ਹਾ ਜਿਹਾ ਇਹ ਕਿ ਵੀ ਲੁਹਾਰ ਆ ਬੰਦਾ। ਅੱਛਾ, ਲੁਹਾਰ ਦਾ ਕੰਮ ਕਰਦਾ ਉਹ, ਤਾਂ ਉਹਦਾ ਡੀਲ ਡੋਲ ਥੋੜ੍ਹਾ ਜਿਹਾ ਗੁਰਪ੍ਰੀਤ ਉਹੋ ਜਿਹਾ ਚਾਹੀਦਾ। ਮੈਂ ਕਿਹਾ ਹਾਂਜੀ ਬਿਲਕੁਲ, ਮੈਂ ਆਪਣੇ ਆਪ ਨੂੰ ਤਿਆਰ ਕਰੂੰਗਾ, ਕਿਉਂਕਿ ਜਿਹੜਾ ਲੁਹਾਰ ਹੋਊਗਾ ਉਹਦੀ ਕਲਾਈ ਅਤੇ ਉਹਦੇ ਜਿਹੜੇ ਬਾਈਸੈਪ ਉਹ ਥੋੜ੍ਹਾ ਜਿਹਾ ਵੀਕ ਹੋਣਗੇ, ਨਹੀਂ ਵੀਕ ਨਹੀਂ ਹੋਣਗੇ, ਕਿਉਂਕਿ ਉਹ ਲੋਹਾ ਕੁੱਟਦਾ ਨਾ, ਮਤਲਬ ਨਾੜਾਂ ਨੂੜਾਂ ਜਿਹਾ ਦੇਖਣਗੇ। ਯੈਸ ਯੈਸ, ਨੈਚੁਰਲ ਹੋਊਗਾ, ਕਿਉਂਕਿ ਸਾਰਾ ਦਿਨ ਲੋਹਾ ਕੁੱਟਣਾ ਤਾਂ ਉਹ ਕਿਸ ਤਰ੍ਹਾਂ ਦਾ ਦੇਖਦਾ। ਤਾਂ ਮੈਂ ਉੱਧਰ ਸ਼ੁਰੂ ਕਰ ਦਿੱਤਾ, ਫਿਰ ਉਹ ਫਿਲਮ ਨਹੀਂ ਹੋਈ। ਫਿਰ ਦੈਨ ਮੈਨੂੰ ਇਸ ਫਿਲਮ 'ਤੇ ਜਦੋਂ ਉਹਨਾਂ ਨੇ ਕਿਹਾ, ਕੌਲ ਆਈ ਕਿ ਇੱਕ ਕਿਰਦਾਰ ਆ ਅਤੇ ਵੀ ਤੇਰੇ ਵਾਸਤੇ ਲਿਖਿਆ ਤਾਂ ਤੂੰ ਹੀ ਕਰਨਾ। ਦੋ ਜਣਿਆਂ ਦਾ ਕਿਰਦਾਰ ਸੀਗਾ, ਯਾਨੀ ਕਿ ਇੱਕ ਮੈਂ ਸੀਗਾ, ਇੱਕ ਨਾਲ ਬਿੱਲਾ, ਜੁਗਤੀ ਅਤੇ ਬਿੱਲਾ। ਮੇਰੀ ਚੋਣ ਹੋ ਗਈ ਸੀਗੀ, ਬਿੱਲੇ ਦੀ ਚੋਣ ਨਹੀਂ ਸੀ ਹੋਈ ਇਸ ਫਿਲਮ ਦੇ ਵਿੱਚ। ਤਾਂ ਬਿੱਲੇ ਦੀ ਚੋਣ ਵਾਸਤੇ ਬਹੁਤ ਸਾਰੇ ਜਿਹੜੇ ਵੱਡੇ ਨਾਮ ਆ ਉਹਨਾਂ ਨੂੰ ਮਤਲਬ ਚੋਣ ਕੀਤੀ ਗਈ, ਜਿਵੇਂ ਕਿ BN ਸ਼ਰਮਾ ਜੀ ਹੋ ਗਏ, ਗੁਰਮੀਤ ਸਾਜਨ ਜੀ ਹੋ ਗਏ, ਹਰਬੀ ਸੰਘਾ, ਇਹ ਸਾਰਿਆਂ ਨਾਲ ਗੱਲਬਾਤ ਚੱਲ ਰਹੀ ਸੀਗੀ ਪ੍ਰੋਡਕਸ਼ਨ ਦੀ ਕਿ ਮਤਲਬ ਕੋਈ ਕਿਰਦਾਰ ਹੋਊਗਾ। ਮੇਰਾ ਕਿਰਦਾਰ ਫਾਈਨਲ ਕਰਤਾ ਸੀਗਾ ਉਹਨਾਂ ਨੇ। ਤਾਂ ਉਹ ਜਦੋਂ ਨਾਲ ਦੇ ਕਿਰਦਾਰ ਦੀ ਚੋਣ ਕਰਦੇ ਰਹੇ ਤਾਂ ਨਹੀਂ ਕੋਈ ਮਿਲਿਆ, ਤਾਂ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਯਾਰ ਇੱਕ ਬਸ ਕਿਰਦਾਰ ਆ ਉਹ ਨਹੀਂ ਮਿਲਿਆ, ਬਾਕੀ ਸਾਰੇ ਹੋ ਗਏ ਤੇਰੇ ਨਾਲ ਆ, ਮਤਲਬ ਤੁਹਾਡੇ ਦੋਨਾਂ ਦਾ ਕਿਰਦਾਰ ਹੋਊਗਾ। ਤਾਂ ਕਰਦੇ ਕਰਾਉਂਦੇ ਮੈਨੂੰ ਕਹਿੰਦੇ ਤੂੰ ਲੱਭ ਲਾ ਯਾਰ ਕੋਈ, ਦੇਖ ਲਾ ਕੋਈ ਕਰੈਕਟਰ ਕੋਈ ਉੱਦਾਂ ਦਾ ਜਿਹੜਾ ਹੋਵੇ ਨਾ। ਤਾਂ ਮੈਂ ਵੀ ਲੱਭਣੇ ਸ਼ੁਰੂ ਕੀਤੇ, ਅਤੇ ਫਿਰ ਮੈਨੂੰ ਅਚਾਨਕ ਦਿਮਾਗ 'ਚ ਆਇਆ ਮੇਰਾ ਬ੍ਰਦਰ ਵੀ ਐਕਟਰ ਆ, ਰੀਅਲ ਬ੍ਰਦਰ ਮੇਰਾ, ਉਹ ਵੀ ਐਕਟਰ ਆ। ਅਤੇ ਮੈਂ ਕਿਹਾ ਜੀ ਵੀ ਮੇਰਾ ਬ੍ਰਦਰ ਆ, ਜੇਕਰ ਤੁਸੀਂ ਚਾਹੋਗੇ ਵੀ ਐਕਟਰ ਆ ਵਧੀਆ ਉਹ,
ਅਤੇ ਸ਼ਕਲ ਮੇਰੇ ਵਰਗੀ ਹੈ, ਅਤੇ ਜੇ ਤੁਸੀਂ ਚਾਹੋਗੇ ਤਾਂ ਆਪਾਂ ਉਹਨੂੰ ਟਰਾਈ ਕਰ ਸਕਦੇ। ਫਿਰ ਉਹ ਕਹਿੰਦੇ ਵੀ ਹਾਂ ਇਹ ਵੀ ਤਾਂ ਹੋ ਸਕਦਾ, ਦੋਵੇਂ ਭਰਾ ਹੀ ਹੋਣ ਛੱਡੇ ਤੁਰੇ ਫਿਰ ਪਿੰਡ ਦੇ ਵਿੱਚ, ਤਾਂ ਇਹ ਵੀ ਹੋ ਸਕਦਾ। ਤਾਂ ਫਿਰ ਉਹਦੀ ਐਂਟਰੀ ਹੋ ਗਈ। ਹਾਂ, ਮੇਰਾ ਨਾਮ ਗੁਰਪ੍ਰੀਤ, ਉਹਦਾ ਨਾਮ ਹਰਪ੍ਰੀਤ ਆ, ਅਤੇ ਸਾਡੇ ਦੋਨਾਂ ਦੇ ਕਿਰਦਾਰ ਆ। ਮਤਲਬ ਤੁਸੀਂ ਜੋ ਫਿਲਮ ਦੇਖੋਗੇ ਤਾਂ ਫਿਰ ਪਤਾ ਲੱਗੂਗਾ ਫਿਲਮ ਦੇ ਵਿੱਚ। ਫਿਰ ਅਸੀਂ ਸੈੱਟ 'ਤੇ ਗਏ, ਜਿਹੜੇ ਤੁਸੀਂ ਐਕਸਪੀਰੀਅੰਸ ਦੀ ਗੱਲ ਕੀਤੀ ਉਹ 'ਤੇ ਗੱਲ 'ਤੇ ਮੈਂ ਹੁਣ ਆਉਣਾ। ਇਸ ਤੋਂ ਪਹਿਲਾਂ ਮੈਂ ਥੋੜ੍ਹੀ ਭੂਮਿਕਾ ਹੀ ਬਣਾਈ ਹਾਲੇ। ਕੋਈ ਗੱਲ। ਅਤੇ ਇਹ ਫਿਲਮ ਦੋ ਹਿੱਸਿਆਂ 'ਚ ਹੋਈ ਆ, ਗਰਮੀ ਅਤੇ ਸਰਦੀ ਦੇ ਵਿੱਚ। ਸਰਦੀ ਜਦੋਂ ਸੀਗੀ ਤਾਂ ਇੰਨੀ ਜ਼ਿਆਦਾ ਸਰਦੀ ਸੀਗੀ ਕਿ ਮਤਲਬ ਸਾਡੇ ਦੰਦ ਵੱਜਦੇ ਹੁੰਦੇ ਸੀਗੇ। ਉਹ ਵਾਲੀ ਸਰਦੀ ਜਿਹਦੇ ਵਿੱਚ ਕਈ ਵਾਰੀ ਸਾਡੇ ਨਾ ਅੱਖਾਂ 'ਤੇ ਇਹਨਾਂ 'ਤੇ ਵੀ ਫੋਗ ਜੰਮ ਜਾਂਦੀ ਸੀ, ਉਹ ਵਾਲੀ ਸਰਦੀ ਸੀ। ਅਤੇ ਗਰਮੀ ਉਹ ਵਾਲੀ ਸੀ ਜਿਹਦੇ ਵਿੱਚ ਮਤਲਬ ਐਂ ਤਪਸ਼ ਅਤੇ ਚਮੜੀ ਸੜ ਜਾਂਦੀ ਹੈ। ਦੋਨਾਂ ਟਾਈਮਾਂ ਦੇ ਵਿੱਚ ਇਹ ਫਿਲਮ ਹੋਈ ਹੈ। ਸਰਦੀ ਦੇ ਜੇਕਰ ਮੈਂ ਗੱਲ ਕਰਾਂ ਤਾਂ ਇੱਕ ਸਾਡਾ ਜਿਹੜਾ ਤੁਸੀਂ ਟ੍ਰੇਲਰ 'ਚ ਵੀ ਤੁਸੀਂ ਦੇਖ ਲਿਆ ਹੋਣਾ, ਵਿਆਹ ਦਾ ਮਾਹੌਲ ਆ, ਉਹ ਠੰਡ ਦਾ। ਉਦੋਂ ਇੰਨੀ ਜ਼ਿਆਦਾ ਠੰਡ ਸੀਗੀ, ਕੁਛ ਰਾਤ ਨੂੰ ਵੀ ਸ਼ੂਟ ਸੀਗਾ, ਕੁਛ ਦਿਨੇ ਵੀ ਸ਼ੂਟ ਸੀਗਾ, ਅਤੇ 4-5 ਦਿਨ ਤਾਂ ਵਿਆਹ ਹੀ ਚੱਲਿਆ। ਅੱਛਾ। 4-5 ਦਿਨ ਅਸੀਂ ਵਿਆਹ ਦੇ ਆਨੰਦ ਲਏ, ਉੱਥੇ ਲੱਡੂ ਜਲੇਬੀਆਂ ਖਾਧੀਆਂ। ਅੱਛਾ। ਅਤੇ 4-5 ਦਿਨ ਜਿਹੜਾ ਸੀਗਾ ਉਹਦੇ ਵਿੱਚੋਂ, ਫਿਰ ਰਾਤ ਦਾ ਸ਼ੂਟ ਵੀ ਸੀਗਾ, ਦਿਨ ਦਾ ਸ਼ੂਟ ਵੀ ਹੁੰਦਾ ਸੀਗਾ। ਅਤੇ ਰਾਤ ਨੂੰ ਸ਼ੂਟ ਦੇ ਮੌਕੇ 'ਤੇ ਮੈਨੂੰ ਭਾਅ ਜੀ ਕਹਿੰਦੇ ਨਾ ਵੀ ਤੂੰ ਆਠੇ ਬਣਾਉਣੇ ਆ ਬਸ, ਪੂਰੀ ਫਿਲਮ ਦੇ ਵਿੱਚ ਵਿੰਗਾ ਟੇਢਾ ਨੱਚਣਾ, ਅਤੇ ਤੂੰ ਬਸ, ਕਿਉਂਕਿ ਇਹ ਬੰਦਾ ਸਹੀ ਹੋ ਨਹੀਂ ਸਕਦਾ ਗਾ ਨੱਚਣ ਟੱਪ, ਕਿਉਂਕਿ ਇਹ ਬਰਾਤ ਵੀ ਚਲੇ ਗਏ, ਕਿਉਂਕਿ ਪਿੰਡ ਦੇ ਬੰਦੇ ਆ ਇਹ, ਇਸ ਕਰਕੇ ਬਰਾਤ ਵੀ ਗਏ ਹੋਏ, ਨਰਾਇਣੇ ਦੀ ਅਸੀਂ ਜੰਨ ਗਏ ਹੋਏ ਹਾਂ, ਅਤੇ ਬਰਾਤ ਦੇ ਵਿੱਚ ਨੱਚਣਾ ਟੱਪਣਾ ਰੌਣਕ ਜਿਹੜੀ ਅਸੀਂ ਉਹ ਲਾਉਣੀ ਸੀਗੀ। ਤਾਂ ਉੱਥੇ ਜਿਹੜਾ ਰਾਤ ਦਾ ਸੀਨ ਸੀ, ਇੰਨਾ ਕੁ ਜ਼ਿਆਦਾ ਮਤਲਬ ਨੱਚਣ ਟੱਪਣ ਦਾ ਮਾਹੌਲ ਸੀਗਾ, ਮੈਂ ਵੀ ਆਪਣੇ ਆਪ ਨੂੰ ਮਤਲਬ ਖੁੱਲ੍ਹ ਕੇ ਇੰਜੋਏ ਕੀਤਾ। ਤਾਂ ਉੱਥੇ ਮਤਲਬ ਮੈਨੂੰ ਇੱਕ ਤਰ੍ਹਾਂ ਨਾਲ ਨਾ ਬੇਹੋਸ਼ੀ ਹੋ ਗਈ ਠੰਡ ਨਾਲ। ਅੱਛਾ। ਸੀਨ ਕੰਪਲੀਟ ਮੈਂ ਕਰਤਾ, ਪਰ ਮੈਂ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਗਾ ਕਿ ਮੈਨੂੰ ਤਕਲੀਫ ਹੋ ਰਹੀ। ਮੈਨੂੰ ਅੰਦਰ ਖਾਤੇ ਬਹੁਤ ਤਕਲੀਫ ਹੋ ਰਹੀ ਸੀਗੀ, ਮਤਲਬ ਮੈਨੂੰ ਜੇ ਇੱਕ ਟੇਕ ਵੀ ਹੋਰ ਕਰਦੇ ਤਾਂ ਮੈਂ ਉੱਥੇ ਡਿੱਗ ਪੈਣਾ ਸੀਗਾ। ਉਹ ਟੇਕ ਹੋਇਆ, ਮੈਂ ਉੱਥੋਂ ਨਿਕਲਿਆ, ਮੇਰਾ ਬੁਰਾ ਹਾਲ, ਮੈਂ ਇੱਕ ਥਾਂ ਡਿੱਗਿਆ, ਮੈਨੂੰ ਸਮਝ ਨਾ ਆਵੇ ਮੈਂ ਕਿਸੇ ਤੋਂ ਕੀ ਮੰਗਾਂ, ਕਿਉਂਕਿ ਮੇਰੀ ਆਵਾਜ਼ ਨਾ ਨਿਕਲ ਰਹੀ। ਮੈਂ ਕਿਹਾ ਕਿਤੇ ਮਰ ਮੂਰੀ ਨਾ ਜਾਈਏ, ਠੰਡ ਬਹੁਤ ਜ਼ਿਆਦਾ ਸੀਗੀ। ਫਿਰ ਮੈਂ ਕਿਸੇ ਨੂੰ ਕਹਿ ਕੇ ਨਾ ਸਪੋਟ ਬੋਆਏ ਤੋਂ ਮੈਂ ਪਾਣੀ ਮੰਗਾਇਆ, ਉਹ ਪਾਣੀ ਲਾਇਆ ਪਲਾਸਟਿਕ ਦੇ ਗਲਾਸਾਂ 'ਚ। ਮੈਂ ਕਿਹਾ ਨਹੀਂ, ਫਿਰ ਮੈਨੂੰ ਸਟੀਲ ਦੇ ਗਲਾਸ 'ਚ ਪਾਣੀ, ਉੱਥੇ ਧੂਣੀ ਬਾਲ ਕੇ ਅਸੀਂ ਬੈਠੇ ਸੀਗੇ, ਅਤੇ ਉਹਦੇ ਵਿੱਚ ਮੈਂ ਪਾਣੀ ਗਰਮ ਕਰਕੇ ਪੀਤਾ, ਮੈਂ ਹੌਲੀ ਹੌਲੀ ਆਪਣੇ ਆਪ ਨੂੰ ਸੈੱਟ ਕੀਤਾ, ਰਿਲੈਕਸ ਕੀਤਾ। ਇਹ ਜਿਹੜਾ ਸੀਗਾ ਇਹ ਮੈਂ ਕਿਸੇ ਨੂੰ ਦੱਸਿਆ ਨਹੀਂ ਗਾ, ਪਰ ਮੈਂ ਇਕੱਲੇ ਨਾਲ ਹੀ ਬੀਤੀ ਗਈ ਮੇਰੇ ਨਾਲ ਇਹ। ਕਈ ਵਾਰੀ ਬੰਦਾ ਥੋੜ੍ਹਾ ਜਿਹਾ ਹੋ ਜਾਂਦਾ ਵੀ ਨਹੀਂ, ਕਾਹਨੂੰ ਕਿਸੇ ਨੂੰ ਪਰੇਸ਼ਾਨ ਕਰਨਾ। ਹਾਂ, ਪਰੇਸ਼ਾਨ ਕਾਹਨੂੰ ਕਰਨਾ ਕਿ ਕਿਸੇ ਨੂੰ, ਮੈਂ ਸਾਰਿਆਂ ਦੀ ਅਟਰੈਕਸ਼ਨ ਇੱਧਰ ਨੂੰ ਹੋਵੇ ਕਿ ਇਹਨੂੰ ਕੀ ਹੋ ਗਿਆ, ਮੈਂ ਉਹ ਨਹੀਂ ਸੀ ਚਾਹੁੰਦਾ। ਪਰ ਉਹ ਇਹ ਆ ਕਿ ਉਹ ਇੱਕ ਯਾਦਗਾਰੀ ਵੀ ਕਹਿ ਸਕਦੇ ਹਾਂ ਆਪਾਂ, ਅਤੇ ਇੱਕ ਪਾਲ ਇਹੋ ਜਿਹਾ ਸੀਗਾ ਜਿਹੜਾ ਮੈਨੂੰ ਦੱਸ ਵੀ ਦੇਣਾ ਚਾਹੀਦਾ ਸੀਗਾ, ਕਿਉਂਕਿ ਕੁਛ ਵੀ ਹੋ ਸਕਦਾ ਸੀਗਾ ਮੇਰੇ ਨਾਲ। ਬਹੁਤ ਭੈੜੀ ਹੋਈ, ਜਿਵੇਂ ਲੱਗਿਆ ਸੀ ਮੈਨੂੰ ਜਿਵੇਂ ਮੇਰਾ ਦਿਲ ਬਹਿ ਗਿਆ ਹੁੰਦਾ ਜਿਵੇਂ। ਪਰ ਬਾਬਾ ਜੀ ਦੀ ਕਿਰਪਾ ਨਾਲ ਕੋਈ ਨਹੀਂ ਘਟਨਾ ਕੋਈ ਉਹੋ ਜਿਹੀ ਨਹੀਂ ਹੋਈ। ਅਤੇ ਉਸ ਤੋਂ ਬਾਅਦ ਯਾਰ ਫਿਰ ਬਸ ਪੀ ਕੇ ਪਾਣੀ ਦੁਬਾਰਾ ਸੈੱਟ 'ਤੇ, ਫਿਰ ਉਵੇਂ ਨੱਚਣਾ ਟੱਪਣਾ ਚੱਲੂ, ਅਤੇ ਖੈਰ ਕੁਛ ਉਹੋ ਜਿਹੀ ਗੱਲ ਹੋਈਗੀ। ਤਾਂ ਇਹ ਜਿਹੜਾ ਇੱਕ ਛੋਟਾ ਜਿਹਾ ਮਤਲਬ ਘਟਨਾ ਕਹਿ ਸਕਦੇ ਹਾਂ, ਹੁਣ ਉਹ ਬਚ ਗਈ, ਇਹ ਸਾਰੀ ਜ਼ਿੰਦਗੀ ਯਾਦ ਰਹਿਣੀ, ਇਹ ਮੈਨੂੰ ਯਾਦ ਰਹੂਗੀ ਜੀ, ਕਿ ਮਤਲਬ ਮੈਨੂੰ ਇਹ ਵੀ ਲੱਗਦਾ ਕਿ ਇਹ ਮੈਨੂੰ ਦੱਸ ਵੀ ਦੇਣਾ ਚਾਹੀਦਾ ਬਿਲਕੁਲ, ਕਿਉਂਕਿ ਸਿਹਤ ਦਾ ਪਤਾ ਨਹੀਂ ਹੁੰਦਾ। ਯੈਸ ਯੈਸ। ਗੁਰਪ੍ਰੀਤ ਭਾਈ ਇੱਕ ਚੀਜ਼ ਦੱਸੋ ਵੀ ਫਿਲਮ ਦੇ ਵਿੱਚ ਕਹਿੰਦੇ ਬਹੁਤ ਸਾਰੇ ਕਿੱਸੇ ਨੇ ਜਿਹੜੇ ਗੁਰਪ੍ਰੀਤ ਭਾਗੋ ਨੇ, ਖੁੱਲਾ ਛੱਡਿਆ ਹੋਇਆ ਸੀਗਾ ਅਮਿਤੋਜ ਸਰ ਨੇ, ਕਿਉਂਕਿ ਆਪਣਾ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਇਸ ਜਿਹੜੇ ਕਿਰਦਾਰ ਨੇ ਜਿਸ ਮੈਂ ਕਰ ਰਿਹਾ, ਇਹਨਾਂ ਦਾ ਸਕ੍ਰਿਪਟ ਦੇ ਨਾਲ ਕੋਈ ਬਹੁਤਾ ਤਾਲਮੇਲ ਨਹੀਂ ਵੀ, ਖੁੱਲ੍ਹ ਕੇ ਇੰਪਰੋਵਾਈਜ਼ ਕਰੋ ਤੇ ਖੇਡੋ। ਹਾਂ ਯੈਸ ਯੈਸ, ਇਹ ਸਾਰਾ ਇੰਪਰੋਵਾਈਜ਼ ਹੋਇਆ ਕਰੈਕਟਰ, ਕਿ ਮਤਲਬ
ਪਿੰਡ ਦੇ ਵਿੱਚ ਇਹ ਕਿਤੇ ਵੀ ਮਤਲਬ ਫਿਰਦਾ ਹੋਊਗਾ। ਤੁਸੀਂ ਦੇਖੋਗੇ ਜਦੋਂ ਫਿਲਮ ਦੇਖੋਗੇ ਤਾਂ ਪੂਰੀ ਫਿਲਮ ਦੇ ਵਿੱਚੋਂ ਮਤਲਬ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਹਸਾਉਣ ਵਾਲਾ ਅਤੇ ਉਹਨਾਂ ਨੂੰ ਇੱਕ ਵਾਰੀ ਹਲਕਾ ਜਿਹਾ ਕਰਨ ਵਾਲਾ ਕਿਰਦਾਰ ਆ, ਲਤੀਫੇ ਛੱਡਣ ਵਾਲਾ, ਉਹ ਮੇਰਾ ਹੱਸਿਆ ਆਇਆ ਕਿਰਦਾਰ। ਮੈਂ ਥੈਂਕਸ ਕਰਦਾ ਸਾਗਾ ਸਟੂਡੀਓ ਦਾ, ਮੈਂ ਥੈਂਕਸ ਕਰਦਾ ਅੰਤੋਜ ਮਾਨ ਜੀ ਦਾ ਜਿਨ੍ਹਾਂ ਨੇ ਮੈਨੂੰ ਚੂਜ਼ ਕੀਤਾ। ਕਿਸੇ ਮਤਲਬ ਉਹ ਸੀਗਾ ਕਿ ਮੈਂ ਕਿਸੇ ਦੀ ਵੀ ਵੈਰੰਟੀ 'ਚ ਵੜ ਜਾਂਦਾ ਸੀ, ਮੈਨੂੰ ਖੁੱਲ੍ਹ ਸੀਗੀ। ਮੈਂ ਅੰਤੋਜ ਸਰ ਦੇ ਰੂਮ 'ਚ ਜਾ ਕੇ ਉਹਨਾਂ ਦਾ ਚਿਕਨ ਖਾ ਆਇਆ ਸੀ ਇੱਕ ਵਾਰੀ। ਮੈਨੂੰ ਜਦੋਂ ਵੀ ਅੰਤੋਜ ਭਾਜੀ ਨਾਲ ਮੇਰਾ ਇੰਨਾ ਕੁ ਪਿਆਰ ਆ, ਮੈਂ ਕਦੇ ਵੀ ਉਹਨਾਂ ਕੋਲ ਚਲਾ ਜਾਂਦਾ ਤੇ ਮੈਂ ਉਹਨਾਂ ਦੇ ਰੂਮ 'ਚ ਗਿਆ। ਭਾਜੀ ਨਹਾ ਰਹੇ ਸੀ ਕਿਤੇ ਤਾਜ਼ਾ ਤਾਜ਼ਾ, ਉਹ 'ਚੋਂ ਨਾ ਮਤਲਬ ਠੰਡ ਦੇ ਵਿੱਚ ਉਹਦੇ 'ਚੋਂ ਧੂੰਆਂ ਜਿਹਾ ਨਿਕਲੇ ਤੇ ਉਹਨਾਂ ਦੇ ਉੱਥੇ ਪਿਆ ਸੀਗੇ ਨਾ, ਭਾਜੀ ਨਹਾਈ ਜਾਂਦਾ ਸੀਗਾ। ਭਾਜੀ ਆਪਦੇ ਨੂੰ ਕੱਲੀਆਂ ਹੱਡੀਆਂ ਪਈਆਂ ਸੀ, ਪਰ ਮਤਲਬ ਆਉਣ ਤੋਂ ਪਹਿਲਾਂ ਕੁੱਕੜ ਵੀ ਬਾਂਗਾ ਦਿੰਦਾ ਮੈਨੂੰ ਜਾਪਦਾ ਪਿਆ ਪਿਆ। ਉਹਨੂੰ ਐ ਸੀਗਾ ਮੈਂ ਇਹਨੂੰ ਗਰਮ ਕੀਤਾ, ਹੁਣ ਮੈਨੂੰ ਨਵੇੜੋ ਪਰੇ, ਨਵੇੜੋ ਮੁੜ ਕੇ ਠੰਡਾ ਹੋ ਜਾਣਾ, ਫਿਰ ਸਵਾਦ ਨੀ ਆਉਣਾ। ਫਿਰ ਤੁਸੀਂ ਕਹਿਣਾ ਮੁਰਗੇ ਦੀ ਜਾਣ ਗਈ, ਖਾਣ ਵਾਲੇ ਨੂੰ ਸਵਾਦ ਸਵਾਦ ਵੀ ਨਹੀਂ ਆਇਆ। ਹਾਂਜੀ ਹਾਂਜੀ, ਤੇ ਇਵੇਂ ਹੀ ਮਤਲਬ ਬੱਬੂ ਭਾਜੀ ਦੇ ਨਾ ਇੱਕ ਵਾਰੀ ਸ਼ੋਲਡਰ 'ਚ ਕੋਈ ਹਲਕੀ ਜਿਹੀ ਨਾ ਪੇਨ ਹੋ ਗਿਆ, ਜਿਵੇਂ ਆਪਾਂ ਕਹਿ ਦਿੰਦੇ ਵੀ ਐਕਸ਼ਨ ਸੀਨ ਦੇ ਦੌਰਾਨ ਕੋਈ ਉਹਨਾਂ ਦੇ ਸ਼ੋਲਡਰ 'ਚ ਨਾ ਦਿੱਕਤ ਹੋ ਗਈ, ਜਿਵੇਂ ਆਪਣਾ ਕਹਿ ਦਿੰਦੇ ਵੀ ਛੋਟੀ ਇੰਜਰੀ, ਭੀੜ ਨਿਕਲ ਗਈ, ਜਿਵੇਂ ਆਪਾਂ ਭੀੜ ਜੀ ਨਿਕਲ ਗਈ, ਤੇ ਉਹ ਮੈਨੂੰ ਐਂ ਜੇ ਕਰੀ ਜਾਣ। ਮੈਂ ਉਹਨੂੰ ਐਂ ਜੇ ਮੈਂ ਕਿਹਾ ਭਾਅ ਜੀ ਕੀ ਗੱਲ ਹੋ ਗਈ, ਉਹ ਕੁਛ ਨਹੀਂ, ਕਹਿੰਦੇ ਵੀ ਸ਼ੋਲਡਰ ਜਿਹਾ ਨੂੰ ਕੁਛ ਹੋ ਗਿਆ ਤੇ ਮੈਂ ਨੱਪਣ ਜੇ ਲੱਗ ਗਿਆ ਐਂ ਕਰ, ਕਿਉਂਕਿ ਹੱਡੀਆਂ ਜਿਹਾ ਦਬਾਉਣ ਲੱਗ ਗਿਆ। ਮੈਨੂੰ ਕਹਿੰਦੇ ਤੂੰ ਵੈਦ ਆ, ਮੈਂ ਕਹਿੰਦੀ ਵੈਦ ਨਹੀਂ ਭਾਅ ਜੀ, ਮੈਨੂੰ ਐਂ ਲੱਗਦਾ ਹਿਸਾਬ ਕਿਤਾਬ ਜਿਹਾ, ਮੈਨੂੰ ਲੱਗਦਾ ਮੈਂ ਤੁਹਾਨੂੰ ਠੀਕ ਕਰ ਸਕਦਾ। ਤੇ ਉਹ ਕਹਿੰਦੇ ਵੀ ਚੱਲ ਦੇਖ ਲਾ, ਮੈਂ ਇਹਦੇ ਕਰਕੇ ਸੈੱਟ ਜਿਹਾ ਕਰਨ ਲੱਗਾ ਤੇ ਉਹ ਕਹਿੰਦੇ ਵੀ ਹਾਂ ਹਾਂ ਠੀਕ ਆ ਠੀਕ ਆ, ਇੱਥੇ ਪੈਣ ਜਿਹਾ ਹੋ ਰਿਹਾ। ਫਿਰ ਮੈਨੂੰ ਉਹ ਕਹਿੰਦਾ ਤੂੰ ਐਂ ਕਰੀ ਵੀ ਪੈਕਅਪ ਤੋਂ ਬਾਅਦ ਨਾ ਰੂਮ 'ਚ ਆ ਜਾਈ ਅਤੇ ਵੀ ਉੱਥੇ ਥੋੜ੍ਹੀ ਜਿਹੀ ਆਪਾਂ ਢੰਗ ਨਾਲ ਮਾਲਿਸ਼ ਜੀ ਕਰ ਲਾਂਗੇ, ਕਿਉਂਕਿ ਉੱਥੇ ਕੋਸਟਿਊਮ ਪਾਈ ਸੀ, ਕੋਸਟਿਊਮ ਆਪਾਂ ਉਤਾਰ ਨਹੀਂ ਸੀ ਸਕਦੇ ਉਦੋਂ। ਅਤੇ ਮੈਂ ਉਹ ਮੈਨੂੰ ਰੂਮ 'ਚ ਡਿੱਕ ਗਿਆ, ਮੈਂ ਗਿਆ ਹੀ ਨਹੀਂ। ਮੈਂ ਇਸ ਕਰਕੇ ਨਹੀਂ ਕਿਹਾ, ਮੈਨੂੰ ਐਂ ਸੀਗਾ ਮੈਂ ਕਹਿੰਦਾ ਬੱਬੂ ਭਾਅ ਜੀ ਆ ਹੁਣ ਵੀ ਉਹਨਾਂ ਨੇ ਉੱਥੇ ਤਾਂ ਕਹਿਤਾ ਵੀ ਆ ਜੀ, ਗਾਹਾਂ ਪਤਾ ਨਹੀਂ ਰੂਮ 'ਚ ਵੜਨ ਦੇਣਗੇ ਨਹੀਂ। ਅਤੇ ਉਹ ਮੈਨੂੰ ਮੈਂ ਗਿਆ ਨਹੀਂ ਰੂਮ ਦੇ ਵਿੱਚ, ਮੈਂ ਦੋ ਤਿੰਨ ਵਾਰੀ ਉਹਨਾਂ ਦੇ ਰੂਮ ਤੋਂ ਬਾਹਰ ਗੇੜੇ ਜੇ ਕੱਢ ਕੇ ਮੁੜ ਗਿਆ। ਮੈਂ ਕਿਹਾ ਹੁਣ ਮੈਂ ਖੜਕਾ ਕੇ ਜੇ ਕਿਵੇਂ ਕਹਾਂ ਵੀ ਭਾਅ ਜੀ ਮੈਂ ਆਇਆ ਅਤੇ ਮੈਂ ਆ ਗਿਆ, ਅਤੇ ਕਹਿੰਦੇ ਕਿ ਮੈਂ ਕਿਹਾ ਨਹੀਂ ਉਹਨਾਂ ਨੂੰ। ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਥੱਲੇ ਜੀ ਉਤਰੇ ਤਾਂ ਮੈਂ ਕਿਹਾ, ਉਹ ਮੈਨੂੰ ਕਹਿੰਦੇ ਉਹ ਤੂੰ ਆਇਆ ਨਹੀਂ। ਮੈਂ ਕਿਹਾ ਭਾਜੀ ਮੈਂ ਆਇਆ ਤਾਂ ਸੀਗਾ ਦੋ ਤਿੰਨ ਵਾਰੀ, ਮੈਂ ਖੜਕਾਇਆ ਨਹੀਂ। ਕਹਿੰਦੇ ਯਾਰ ਮਤਲਬ, ਮੈਂ ਕਿਹਾ ਲਓ ਮੈਂ ਹੁਣ ਕਰ ਦਿੰਦਾ। ਕਹਿੰਦੇ ਹੁਣ ਤਾਂ ਮਿੱਤਰਾਂ ਦਾ ਟਾਈਮ ਲੰਘ ਗਿਆ। ਮੈਂ ਕਿਹਾ ਚਲੋ ਕੋਈ ਐਸੀ ਗੱਲ ਨਹੀਂ। ਫਿਰ ਉਹਨਾਂ ਨੇ ਆਪਣਾ ਨੈਕਸਟ ਡੇ, ਕਿਉਂਕਿ ਮੈਂ ਗਿਆ ਨਹੀਂ, ਅਗਲੇ ਦਿਨ ਮੈਨੂੰ ਵੈਨਿਟੀ 'ਚ ਮੈਨੂੰ ਕਹਿੰਦੇ ਆ ਜਾ, ਅਤੇ ਮੇਰਾ ਇੱਕ ਚੇਲਾ ਬਾਰਕ ਆ ਉਹ ਮੇਰੇ ਨਾਲ ਗਿਆ ਹੋਇਆ ਸੀਗਾ, ਉਹ ਅਸਲ 'ਚ ਵਧੀਆ ਗ੍ਰਿਪ ਹੱਥ ਦਾ ਉਹਦਾ, ਅਤੇ ਮੈਂ ਥੋੜ੍ਹਾ ਜਿਹਾ ਉਹਨਾਂ ਦੇ ਮਾਲਿਸ਼ ਕਰਨੀ ਸ਼ੁਰੂ ਕਰਤੀ। ਫਿਰ ਉਹਨੂੰ ਮੈਂ ਲਾਇਆ, ਮੈਂ ਉਹ ਜੀਵਨ ਆ ਮੁੰਡੇ ਦਾ ਨਾਮ, ਉਹਨੇ ਮਾਲਿਸ਼ ਮੁਲੀ, ਉਹਨਾਂ ਨੂੰ ਕਿਹਾ, ਕਹਿੰਦੇ ਠੀਕ ਆ ਇਸ ਤਰ੍ਹਾਂ ਕਰਕੇ। ਫਿਰ ਮੈਨੂੰ ਤਾਂ ਉਹਨਾਂ ਨੇ ਬੁਲਾਉਣਾ ਛੱਡਦਾ, ਜੀਵਨ ਨੂੰ ਰੋਜ਼ ਹੀ ਬੁਲਾ ਲਿਆ ਕਰਨਾ।
ਕਹਿੰਦੇ ਵੀ ਆ ਠੀਕ ਹੈ ਇਹਦਾ ਸੈੱਟ ਬਹਿ ਗਿਆ ਬਾਈ ਕਿਹੋ ਜਿਹਾ ਜਿੱਦਾਂ ਇਹ ਇੱਕ ਬੜਾ ਵਧੀਆ ਕਹਿ ਲਓ ਯਾਦਗਾਰ ਜਿਹਾ ਆਪਾਂ ਕਿਉਂਕਿ ਪੰਜਾਬ ਦੇ ਵਿੱਚ ਬੱਬੂ ਮਾਨ ਹੋਣਾ ਦਾ ਬਹੁਤ ਨਾਮ ਲੋਕ ਬਹੁਤ ਪਿਆਰ ਕਰਦੇ ਨੇ ਤੁਸੀਂ ਉਹਨਾਂ ਨਾਲ ਇੰਨਾ ਸਮਾਂ ਬਿਤਾਇਆ ਇੰਨੇ ਦਿਨ ਬਿਤਾਏ ਕਦੀ ਸੈੱਟ ਤੇ ਬਹਿ ਕੇ ਇਕੱਠੇ ਰੋਟੀ ਵੀ ਖਾਧੀ ਹੋਊਗੀ ਪਾਰਟੀ ਸ਼ਾਰਟੀ ਵੀ ਕੀਤੀ ਹੋਊਗੀ ਰੈਪ ਅਪ ਪਾਰਟੀ ਵੀ ਹੋਈ ਹੋਊਗੀ ਕਿਹੋ ਜਿਹਾ ਰਿਹਾ ਸਾਰਾ ਮਤਲਬ ਸਾਰੀ ਸਟਾਰਕਾਸਟ ਦੇ ਨਾਲ ਤੁਸੀਂ ਰਹੇ ਹੋ ਉੱਥੇ ਮੌਕੇ 'ਤੇ ਅਤੇ ਕਿਹੋ ਜਿਹਾ ਇੱਕ ਵਾਰੀ ਫਿਰ ਪਹੁੰਚ ਗਏ ਸੀ 1915 'ਚ ਮੈਂ ਸੱਚੀ ਪਹੁੰਚ ਗਿਆ ਸੀ ਉਹਦਾ ਕਾਰਨ ਇਹ ਹੈ ਕਿਉਂਕਿ ਮੈਂ ਆਪਦਾ ਜਿਹੜਾ ਫੋਨ ਮੋਬਾਈਲ ਆ ਉਹ ਸੈੱਟ 'ਤੇ ਨਹੀਂ ਸੀ ਲੈ ਕੇ ਜਾਂਦਾ ਕਿਉਂਕਿ ਮਜ਼ਾ ਹੀ ਇੰਨਾ ਆ ਰਿਹਾ ਸੀਗਾ ਸਵਾਦ ਹੀ ਇੰਨਾ ਲੱਗਦਾ ਸੀ ਵੀ ਜ਼ਿੰਦਗੀ ਵਧੀਆ ਜ਼ਿੰਦਗੀ ਬਹੁਤ ਵਧੀਆ ਲੱਗ ਰਹੀ ਸੀਗੀ ਕਿਉਂਕਿ ਮੈਂ ਫੋਨ ਜਿਹੜਾ ਸੀਗਾ ਵੀ ਉਹ ਆਪਦਾ ਪਰਸ 'ਚ ਪਾ ਕੇ ਅਤੇ ਵੈਨਿਟੀ 'ਚ ਹੀ ਛੱਡ ਜਾਂਦਾ ਸੀ ਅਤੇ ਕਿਉਂਕਿ ਮੈਨੂੰ ਇਹ ਹੁੰਦਾ ਸੀ ਵੀ ਇੰਜੋਏ ਕਰਦੇ ਹਾਂ ਯਾਰ ਖੁੱਲ੍ਹਾ ਰੇਗਿਸਤਾਨ 'ਚ ਆਏ ਹਾਂ ਉੱਥੇ ਮੈਨੂੰ ਤਾਂ ਹੋਰ ਵੀ ਸਵਾਦ ਮੈਂ ਤਾਂ ਲਏ ਉੱਥੇ ਲੁਤਫ ਲਿਆ ਮੈਂ ਰੋਟੀ ਉੱਥੇ ਸਿੱਟ ਦੀ ਬਾਹਰ ਘੱਟ ਖਾਧੀ ਹੈ ਇਹਨਾਂ ਮੈਂ ਸਟੂਡੀਓ ਵਾਲਿਆਂ ਦਾ ਥੋੜ੍ਹਾ ਜਿਹਾ ਫਾਇਦਾ ਕੀਤਾ ਮੈਂ ਲੋਕਾਂ ਦੇ ਘਰਾਂ 'ਚ ਬਾਹਲੀ ਖਾਧੀ ਮਤਲਬ ਅਸਲੀ ਜੁਗਤੀ ਸੀ ਹਾਂਜੀ 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 ਕੀ ਸੀਗਾ ਕਿ ਕਦੀ ਕਦੀ ਮਿਲਣਾ ਹਾਂਜੀ ਹਾਂਜੀ ਉਹ ਜਿਵੇਂ ਠੰਡ ਸੀਗੀ ਅਤੇ ਦਿਨੇ ਧੁੱਪ ਹੋ ਜਾਂਦੀ ਸੀ ਅਤੇ ਧੁੱਪੇ ਬਹਿਣਾ ਚੰਗਾ ਲੱਗਦਾ ਸੀਗਾ ਅਤੇ ਉੱਥੇ ਕਿਸੇ ਘਰ ਨਾਲ ਲਿਹਾਜ਼ ਪਾ ਲਈ ਹਰਿੰਦਰ ਭੁੱਲਰ ਜੀ ਵੀ ਇਸ ਫਿਲਮ ਦੇ ਵਿੱਚ ਹੈ ਹਰਿੰਦਰ ਭੁੱਲਰ ਜੀ ਅਤੇ ਮੈਂ ਅਸੀਂ ਕਿਸੇ ਨਾਲ ਲਿਹਾਜ਼ ਪਾ ਲਈ ਉਹਨਾਂ ਦੇ ਘਰੋਂ ਸਾਡੀ ਰੋਟੀ ਆਇਆ ਕਰੇ ਉਹਨਾਂ ਦੇ ਘਰੋਂ ਲੱਸੀ ਪਾਇਆ ਕਰਨ ਸਾਨੂੰ ਰੋਟੀਆਂ ਪੜਾਇਆ ਕਰਨ ਅਸੀਂ ਤਾਂ ਪ੍ਰਾਹੁਣਿਆਂ ਨੂੰ ਰਹਿਣ ਲੱਗ ਗਏ ਉੱਥੇ ਤਾਰਿਆਂ ਦੀ ਛਾਵੇਂ ਸੌਂ ਕੇ ਵੇਖਿਆ ਹਾਂ ਹਾਂ ਬਿਲਕੁਲ ਅਸੀਂ ਰੇਤੇ 'ਤੇ ਪੈ ਜਾਂਦੇ ਸੀਗੇ ਹਾਂਜੀ ਹਾਂਜੀ ਅਤੇ ਦਿਨ ਵੇਲੇ ਉੱਥੇ ਉਹਨਾਂ ਨੇ ਮੰਜੇ ਡਾਹ ਦੇਣੇ ਉਹਨਾਂ ਨੂੰ ਉਹ ਕਿਉਂਕਿ ਅਸੀਂ ਕੰਟੀਨਿਊ ਉੱਥੇ ਬਹੁਤ ਦਿਨ ਸ਼ੂਟ ਕੀਤਾ ਅਤੇ ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਨੇ ਇੱਥੇ ਹੀ ਆਉਣਾ ਉਹ ਘਰ ਵਾਲਿਆਂ ਨੂੰ ਉਹ ਦਿਨੇ ਸਾਡੇ ਮੰਜੇ ਡਾਹ ਦਿਆ ਕਰਦੇ ਅੱਛਾ ਗੁਰਮੁਖ ਜੀ ਇਹ ਇਹ ਚੀਜ਼ ਦੱਸੋ ਵੀ ਇਹ ਫਿਲਮ ਦੇ ਵਿੱਚ ਜੋ ਤੁਸੀਂ ਕਿਰਦਾਰ ਨਿਭਾਇਆ ਹਾਂਜੀ ਹਾਂਜੀ ਕੀ ਲੱਗਦਾ ਕਿ ਇਸ ਫਿਲਮ ਤੋਂ ਬਾਅਦ ਕੀ ਚੇਂਜਿਸ ਆ ਸਕਦੇ ਨੇ ਬਹੁਤ ਵੱਡਾ ਚੇਂਜ ਆਊਗਾ ਜੀ ਮੈਂ ਤਾਂ ਇਹ ਗੱਲ ਕਹਿੰਦਾ ਕਿ ਮੇਰੀ ਐਕਟਿੰਗ ਦੀ ਦੁਕਾਨ ਜੀ ਖੁੱਲ੍ਹ ਜਾਣੀ ਹੈ ਅੱਛਾ ਹਾਂਜੀ ਉਹ ਸ਼ਟਰ ਆ ਜਿਹੜਾ ਹੁਣ ਉਹ ਅੱਧਾ ਕੁ ਚੱਕਿਆ ਗਿਆ ਅਤੇ ਅੱਧਾ ਕੁ ਜਿਹੜਾ ਹੋਰ ਚੱਕਿਆ ਜਾਣਾ ਅਤੇ ਫਿਰ ਮੈਨੂੰ ਲੱਗਦਾ ਵੀ ਉੱਤੋਂ ਥੋੜ੍ਹਾ ਜਿਹਾ ਲੈਂਟਰ ਤੋੜ ਕੇ ਸ਼ਟਰ ਹੋਰ ਉੱਚਾ ਕਰਨਾ ਪੈਣਾ ਉਹ ਚਲੋ ਬਾਬੇ ਦੀ ਕਿਰਪਾ ਹੋਊਗੀ ਤਾਂ ਮਤਲਬ ਇਹ ਆ ਕਿ ਦਰਵਾਜ਼ੇ ਵੱਡੇ ਹੋ ਜਾਣ ਹਾਂ ਉਹੀ ਹਾਂਜੀ ਹਾਂਜੀ ਮੈਨੂੰ ਬਹੁਤ ਉਮੀਦਾਂ ਨੇ ਭਾਅ ਜੀ ਮੈਨੂੰ ਉਡੀਕ ਵੀ ਬਹੁਤ ਸੀ ਮੈਂ ਇਮੋਸ਼ਨਲੀ ਬਹੁਤ ਜੁੜਿਆ ਹੋਇਆ ਫਿਲਮ ਦੇ ਨਾਲ ਵਿੱਚੋਂ ਇਹ ਤਾਂ ਸੱਚੀ ਤਾਂ ਇਹ ਵੀ ਹੋ ਗਿਆ ਸੀਗਾ ਯਾਰ ਵੀ ਕਿਉਂਕਿ ਫਿਲਮ ਨੂੰ 2019 'ਚ ਬਣੀ ਹੈ ਅਤੇ 2024 ਚੱਲ ਪਿਆ 5 ਸਾਲ ਦਾ ਵਕਫਾ ਬਹੁਤ ਵੱਡਾ ਹੁੰਦਾ ਅਤੇ ਉਡੀਕਾਂ ਨਜ਼ਰਾਂ ਅਤੇ ਉਦੋਂ ਹੀ ਆਇਆ ਸੀਗਾ ਕਿ ਬਸ ਇੱਕ ਵਾਰੀ ਸੁੱਚਾ ਫਿਲਮ ਆ ਜਾਏ ਇੱਕ ਵਾਰੀ ਸੁੱਚਾ ਫਿਲਮ ਆ ਜਾਏ ਤਾਂ ਉਹ ਜਿਵੇਂ ਹੁਣ ਚਲੋ ਕੋਈ ਕਾਰਨ ਕਰਕੇ ਨਹੀਂ ਉਹ ਉਦੋਂ ਹੋ ਪਾਈ ਹੁਣ ਆ ਰਹੀ ਆ ਹੁਣ ਵੀ ਇਹਨਾਂ ਬਾਬਾ ਜੀ ਦਾ ਬਹੁਤ ਬਹੁਤ ਥੈਂਕਸ ਆ ਅਤੇ ਮੈਨੂੰ ਬਹੁਤ ਵੱਡੀ ਉਮੀਦ ਆ ਕਿ ਮੇਰੇ ਜਿਹੜੇ ਰਸਤੇ ਆ ਮੈਨੂੰ ਖੁਦ ਮਤੋਜ ਸਰ ਖੁਦ ਕਹਿੰਦੇ ਆ ਕਿ ਗੁਰਪ੍ਰੀਤ ਰਟੌਰ ਭਾਅ ਜੀ ਉਹਨਾਂ ਨੇ ਡਾਇਲੋਗ ਲਿਖੇ ਫਿਲਮ ਦੇ ਉਹ ਵੀ ਹੁਣ ਵੀ ਮੈਨੂੰ ਕਹਿ ਕੇ ਗਏ ਆ ਮੈਨੂੰ ਕਹਿੰਦੇ ਗੁਰਪ੍ਰੀਤ ਯਾਰ ਸੱਚੀ ਵੀ ਮਤਲਬ ਇਸ ਫਿਲਮ ਤੋਂ ਬਾਅਦ 'ਚ ਨਾ ਜਿਹੜਾ ਰਾਹ ਹੈ ਉਹ ਬਹੁਤ ਸੋਹਣੇ ਤਰੀਕੇ ਨਾਲ ਖੁੱਲ੍ਹ ਜਾਣਾ ਅਤੇ ਮੈਂ ਇਹ ਗੱਲ ਕਹਿੰਦਾ ਮਤੋਜ ਭਾਅ ਜੀ ਨੇ ਤਾਂ ਮੈਨੂੰ ਗਲੇ ਲੱਗ ਕੇ ਕਹਿੰਦੇ ਹੁੰਦੇ ਵੀ ਪੁੱਤਰਾ ਤੋਂ ਟੈਨਸ਼ਨ ਨਾ ਲੈ ਇੱਕ ਵਾਰੀ ਫਿਲਮ ਆਉਣ ਦੇ ਫਿਰ ਦੇਖੀ ਔਰ ਫਿਰ ਆਪਾਂ ਦੇਖਾਂਗੇ ਫਿਰ ਆਪਾਂ ਦੁਬਾਰਾ ਗੱਲਬਾਤ ਕਰਾਂਗੇ ਜੀ ਬਿਲਕੁਲ ਬਿਲਕੁਲ ਅੱਛਾ ਦੋਦੀ ਭਾਜੀ ਜਾਂਦੇ ਜਾਂਦੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਕੀ ਪਿਆਰ ਭੇਜਾ ਸੁਨੇਹਾ ਦਿਓਗੇ ਸੁਨੇਹਾ ਇਹੀ ਹੈ ਕਿ ਆਪਣਾ ਇਤਿਹਾਸਿਕ ਫਿਲਮ ਆ ਅਤੇ ਇਤਿਹਾਸ ਨਾਲ ਜੁੜੇ ਰਹਿਣਾ ਹੀ ਸਾਡਾ ਜਿਹੜਾ ਆਪਣਾ ਆਵਾਮ ਦਾ ਫਰਜ਼ ਬਣਦਾ ਜੀ ਆਪਦੇ ਪਿਛੋਕੜ ਨਾਲ ਜੁੜਨਾ ਆਪਦੇ ਇਤਿਹਾਸ ਨਾਲ ਜੁੜਨਾ ਇਹ ਸਭ ਤੋਂ ਵੱਡਾ ਜਿਹੜਾ ਕੌਮ ਆਪਦੇ ਇਤਿਹਾਸ ਨਾਲ ਜੁੜੀ ਰਹਿੰਦੀ ਹੈ ਉਹ ਕੌਮ ਕਦੇ ਮਰਦੀ ਨਹੀਂ ਜੀ ਜਦੋਂ ਅਸੀਂ ਆਪਣਾ ਇਤਿਹਾਸ ਆਪਣੇ ਰਿਚੁਅਲਸ ਭੁੱਲ ਜਾਂਦੇ ਹਾਂ ਤਾਂ ਜਿਹੜੀ ਕੌਮ ਦਾ ਜਿਹੜਾ ਲੇਖਾ ਜੋਖਾ ਉਹ ਤਾਂ ਫਿਰ ਰੱਬ ਹੀ ਜਾਣਦਾ ਤਾਂ ਇਹ ਆ ਕਿ ਮਤਲਬ ਫਿਲਮਾਂ ਹੋਰ ਵੀ ਬਣਦੀਆਂ ਰਹਿਣਗੀਆਂ ਫਿਲਮਾਂ ਪਹਿਲਾਂ ਵੀ ਬਹੁਤ ਸਾਰੀਆਂ ਬਣੀਆਂ ਜਿਨ੍ਹਾਂ ਨੇ ਬਹੁਤ ਸੋਹਣੇ ਸੋਹਣੇ ਸੁਨੇਹੇ ਵੀ ਦਿੱਤੇ ਆ ਬਿਲਕੁਲ ਤਾਂ ਇਸੇ ਤਰ੍ਹਾਂ ਸਾਡੀ ਫਿਲਮ ਸੁੱਚਾ ਸੂਰਮਾ ਇੱਕ ਬਹੁਤ ਹੀ ਵੱਡਾ ਮੈਸੇਜ ਬਹੁਤ ਵੱਡਾ ਸੁਨੇਹਾ ਲੈ ਕੇ ਆ ਰਹੀ ਹੈ ਇਹਦੇ ਵਿੱਚ ਤੁਹਾਨੂੰ ਫਿਲਮ ਦੀਆਂ ਲੋਕੇਸ਼ਨਸ
ਫਿਲਮ ਦੇ ਕਿਰਦਾਰ, ਫਿਲਮ ਦੀਆਂ ਕੋਸਟਿਊਮ ਜਿਹੜੇ ਆਪਾਂ ਪਾਉਣੇ ਆ, ਫਿਲਮ ਦੀ ਵੇਸ਼ਭੂਸ਼ਾ ਹੋ ਗਈ, ਔਰ ਇਹ ਸਾਰੇ ਜਿਹੜੇ ਇਤਿਹਾਸ ਨਾਲ ਜੁੜੇ ਹੋਏ ਲੋਕ ਆ ਉਹ ਸਾਨੂੰ ਦੇਖਣ ਨੂੰ ਮਿਲਣਗੇ, ਤਾਂ ਜਿਹੜੇ ਸਾਡੇ ਬਾਹਰ ਲੋਕ ਵੀ ਬੈਠੇ ਆ ਇਸ ਫਿਲਮ ਨੂੰ ਉਹ ਵੀ ਬਹੁਤ ਪਿਆਰ ਦੇਣਗੇ। ਤਾਂ ਇਹੀ ਮੇਰਾ ਕਹਿਣਾ ਹੈ ਕਿ ਆਪਣਾ ਆਪਣੇ ਧਰਤੀ ਨਾਲ ਜੁੜੇ ਰਹੋ, ਆਪਣੀ ਮਿੱਟੀ ਨਾਲ ਜੁੜੇ ਰਹੋ, ਆਪਣੇ ਵਿਰਸੇ ਨਾਲ ਜੁੜੇ ਰਹੋ, ਅਤੇ ਦੇਖੋ ਫਿਲਮ 20 ਸਤੰਬਰ ਨੂੰ ਸੁੱਚਾ ਸੂਰਮਾ। ਬਹੁਤ ਸ਼ੁਕਰੀਆ ਗੁਰਪ੍ਰੀਤ ਭਾਅ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਸ ਜੀ ਸਾਡੇ ਨਾਲ ਗੁਰਪ੍ਰੀਤ ਤੋਤੀ ਜੀ, ਔਰ ਫਿਲਮ ਸੁੱਚਾ ਸੂਰਮਾ ਬੱਬੂ ਮਾਨ ਹੋਰਾਂ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 20 ਸਤੰਬਰ ਨੂੰ 2024 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਤੁਸੀਂ ਹੁੰਮ ਹੁਮਾ ਕੇ ਪਹੁੰਚਣਾ ਅਤੇ ਫਿਲਮ ਨੂੰ ਰੱਜਵਾਂ ਪਿਆਰ ਦੇਣਾ। ਆਸ ਅਤੇ ਉਮੀਦ ਇਹੀ ਹੈ ਫਿਲਮ ਨੂੰ ਤੁਸੀਂ ਬਹੁਤ ਪਿਆਰ ਕਰੋਗੇ। ਫਿਲਹਾਲ ਦੇ ਲਈ ਮੈਨੂੰ ਪਰਮ ਸਿੰਘ ਨੂੰ ਕੈਮਰਾਮੈਨ ਦੀਪਕ ਹੋਰਾਂ ਦੇ ਨਾਲ ਦੇ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ। ਤੁਹਾਡਾ ਆਪਣਾ, ਤੁਹਾਡੇ ਲਈ ਸਤਿ ਸ਼੍ਰੀ ਅਕਾਲ ਜੀ।